ਬਸ ਜਿਹੜਾ ਮੈਨੂੰ ਲੈ ਕੇ ਜਾਊਗਾ ਦੂਜੇ ਨੂੰ ਦੱਸ ਕੇ ਆਇਓ ਵੀ ਗਾਲ ਮੈਂ ਬਹੁਤ ਸੋਹਣੀ ਕੱਢਣ ਜਾਣਦਾ, ਮੈਂ ਵਿਹਲਾ ਹੀ ਹਾਂ, ਕੋਈ ਕੰਮ ਨਹੀਂ ਮੈਨੂੰ, ਜਿੰਨਾ ਚਿਰ ਮਰਜ਼ੀ ਰੱਖ ਲਿਓ ਇੱਥੇ ਹੀ ਆ, ਜਿਹੜੇ ਮਰਜ਼ੀ ਪਿੰਡ ਲੈ ਚੱਲਿਓ, ਜਿਹੜੇ ਮਰਜ਼ੀ ਬੰਦੇ ਨਾਲ ਬਿਠਾ ਦਿਓ, ਗੱਲ ਤਰਕ ਨਾਲ ਹੋਵੇ, ਬਸ ਜਿਹੜਾ ਮੈਨੂੰ ਲੈ ਕੇ ਜਾਊਗਾ ਦੂਜੇ ਨੂੰ ਦੱਸ ਕੇ ਆਇਓ ਵੀ ਗਾਲ ਮੈਂ ਬਹੁਤ ਸੋਹਣੀ ਕੱਢਣ ਜਾਣਦਾ, ਸਭ ਕੁਛ ਆਉਂਦਾ ਮੈਨੂੰ, ਮੈਂ ਵੀ ਜੇ ਉਹ ਜਾਣਦਾ ਜਿਹੜਾ ਮੁੱਛ ਦੇ ਐ ਸੱਜੇ ਨੂੰ ਤਾ ਦੇ ਲਓ ਖੱਬੇ ਹੱਥ ਨਾਲ ਸੱਜੀ ਮੁੱਛ ਨੂੰ ਵੀ ਲੈ ਹੁਣ ਹੁਕਮ ਦਾ ਯੱਕਾ ਸੈੱਟ, ਸੱਥ ਚ ਮੈਂ ਵੀ ਸੀਪ ਬਹੁਤ ਖੇਡਿਆ, ਮੈਨੂੰ ਵੀ ਪਤਾ ਕਰਾ ਕਰੂ ਮੈਂ ਬਹੁਤ ਲਾਏ ਨੇ, ਖੇਤੀ ਅੱਜ ਵੀ ਕਰਦਾ ਟਰੈਕਟਰ ਆਪ ਹੀ ਚਲਾਉਣਾ, ਮੈਂ ਕਿਸਾਨ ਆ ਯਾਰ, ਕਿਸਾਨ ਠੀਕ ਹੈ, ਅਸੀਂ ਬਹੁਤ ਜ਼ਿਆਦਾ ਵੱਡੇ ਹਾਂ ਕਿਉਂਕਿ ਅਸੀਂ ਅੰਨ ਪੈਦਾ ਕਰਦੇ ਹਾਂ, ਪਰ ਅਸੀਂ ਰੱਬ ਨਹੀਂ ਹਾਂ, ਬਰਾੜ ਸਾਹਿਬ ਕਹਿ ਕੇ ਗਏ ਨੇ ਵੱਡੇ ਵੀਰ ਨੇ ਸਰਦਾਰ ਨਧੜਕ ਸਿੰਘ ਬਰਾੜ ਕਿ ਅਕਲਮੰਦੀ ਨਾਲ ਪੇਸ਼ ਆਓ ਯਾਰ, ਸਾਡਾ ਕਿਰਦਾਰ ਹੀ ਨਹੀਂ ਸੀ ਇਹ, ਅਸੀਂ ਸ਼ਹੀਦੀਆਂ ਦੇਣ ਵਾਲੇ ਲੋਕ, ਅਸੀਂ ਧੀਆਂ ਭੈਣਾਂ ਦੀ ਪੱਤ ਬਚਾਉਣ ਵਾਲੇ ਪੰਜਾਬੀ, ਅਸੀਂ ਗੁਆਂਢੀਆਂ ਦੀ ਰਾਖੀ ਕਰਨ ਵਾਲੇ ਪੰਜਾਬੀ, ਅਸੀਂ ਯਾਰ ਗਾਲਾਂ ਤੇ ਉਤਰੇ, ਅਸੀਂ ਯੋਧੇ ਲੋਕ, ਅਸੀਂ ਭਿਖਾਰੀ ਹੋ ਗਏ ਯਾਰ, ਕਿੱਡਾ ਕਿਰਦਾਰ ਆ ਸਾਡਾ, 2 ਕਿਲੋ ਚੌਲਾਂ ਪਿੱਛੇ ਅਸੀਂ ਸਰਕਾਰ ਦੇ, ਪਤਾ ਨੀ ਉਹਨਾਂ ਚ ਕੀ ਕੁਛ ਹੁੰਦਾ, ਆਉਂਦੀ ਉਹ ਸੈਂਟਰ ਗੌਰਮੈਂਟ ਤੋਂ ਹੈ, ਕਮਲੇ ਬਣ ਗਏ ਅਸੀਂ, ਕਮਲੇ ਬਣਾ ਗਿਆ ਹਾ ਦੂਜਾ, ਚੱਲ ਛੱਡ ਨਾਮ ਲੈ ਤਾਂ ਫਿਰ ਮੈਨੂੰ ਰੋਟੀ ਨੀ ਮਿਲਣੀ, ਹਲੇ ਤੱਕ ਭੁੱਖ ਹੀ ਆ ਮੈਂ, ਚੁਟਕਲੇ ਬਾਜੀ, ਇੱਕ ਉਹ ਬੀਬੀ ਦੀ ਗੱਲ ਜ਼ਰੂਰ ਕਰ ਲਿਆ ਕਰੋ, ਭੈਣ ਆ ਸਾਡੀ ਛੋਟੀ, ਚੱਲ ਉਹਨੂੰ ਜ਼ਰੂਰ ਯਾਦ ਕਰ ਲਿਆ ਕਰੋ ਕਦੇ ਕਦਾਈ ਬੋਲੀ, ਸੋ ਪਲੀਜ਼ ਟਾਈਮ ਬਹੁਤ ਘੱਟ ਹੈ, ਮੈਂ ਖੁੱਲ੍ਹ ਕੇ ਗੱਲਾਂ ਕਰਨੀਆਂ ਸੀ ਪਰ ਮੈਨੂੰ ਹਲੇ ਵੀ ਬੰਦਿਸ਼ ਜਿਹੀ ਲੱਗਦੀ ਹੈ, ਮੈਂ ਵੀ ਹੁਣ ਬਾਹਲਾ ਸਮਾਂ ਨਹੀਂ ਲੈਂਦਾ, ਚਾਹੇ ਮੈਂ ਰੋਕਿਆ ਰੁਕਣਾ ਨਹੀਂ ਕਿਸੇ ਦੇ, ਚਾਹੇ ਹੰਸ ਭਾਜੀ ਕਹਿੰਦੇ ਵੀ ਬਸ ਬਹੁਤ ਹੋ ਗਿਆ ਹੁਣ, ਪਰ ਚਿੱਤ ਨਹੀਂ ਕਰਦਾ, ਹੰਸ ਭਾਜੀ ਜਿੰਨਾ ਚਿਰ ਕਹੋਗੇ, ਜਿੱਥੇ ਕਹੋਗੇ, ਜਿਵੇਂ ਕਹੋਗੇ, ਜਿੰਨੇ ਜੋਗਾ ਹਾਂ, ਅੱਡੀਆਂ ਚੱਕ ਕੇ ਫਾਹ ਲੈਣ ਦੀ ਆਦਤ ਹੈ ਸਾਡੇ ਟੱਬਰ ਨੂੰ, ਜਮਾਂ ਅੱਡੀਆਂ ਚੱਕ ਕੇ ਫਾਹ ਲਊਂਗਾ, ਚਾਹੇ 30 ਦਿਨੇ ਰੱਖ ਲਓ, ਤੁਹਾਡਾ ਆਸ਼ੀਰਵਾਦ ਚਾਹੀਦਾ, ਪਿਆਰ ਚਾਹੀਦਾ, ਸਰੀਨ ਸਾਹਿਬ ਦਾ ਸਾਥ ਚਾਹੀਦਾ, ਬੀਜੇਪੀ ਦਾ ਸਾਥ ਚਾਹੀਦਾ, ਤੁਹਾਡੀ ਹਿੰਮਤ ਤੇ ਸੋਝੀ ਚਾਹੀਦੀ ਹੈ, ਸਿਹਤ ਚਾਹੀਦੀ ਹੈ, ਤੁਹਾਡੀ ਸੇਧ ਚਾਹੀਦੀ ਹੈ, ਰੱਬ ਬਖਸ਼ੇ ਸਾਨੂੰ ਇਕੱਠ ਬਖਸ਼ੇ, ਸਾਨੂੰ ਸੱਚ ਬਖਸ਼ੇ, ਸਾਨੂੰ ਵੋਟ ਬਖਸ਼ੇ, ਸਾਨੂੰ ਤਾਕਤ ਬਖਸ਼ੇ, ਸਾਨੂੰ ਇਕੱਲਤਾ ਨਾ ਦੇਖਣੀ ਪਵੇ, ਨਮੋਸ਼ੀ ਨਾ ਦਿਖਾਵੇ ਰੱਬ, ਚੜ੍ਹਦੀ ਕਲਾ ਇਕੱਠੇ ਹੋਈਏ, ਹੰਬਲਾ ਮਾਰੀਏ, ਇਹ ਨਾ ਹੋਵੇ ਕਿ ਤੁਸੀਂ ਘਰੇ ਜਾ ਕੇ ਕੋਈ ਗੱਲ ਨਾ ਕਰੋ, ਗੱਲਾਂ ਚੋਂ ਗੱਲਾਂ ਕਰਿਆ ਕਰੋ, ਗੱਲਾਂ ਚੋਂ ਗੱਲ ਨਿਕਲਦੀ ਹੈ, ਗੱਲਾਂ ਚੋਂ ਗੱਲ ਨਿਕਲਦੀ ਹੈ, ਗੱਲਾਂ ਚੋਂ ਗੱਲ ਨਿਕਲੀ ਹੋਈ ਹੱਲ ਨਿਕਲਦਾ, ਗੱਲਾਂ ਚੋਂ ਹੀ ਹੱਲ ਨਿਕਲੂਗਾ, ਅਸੀਂ ਉਹ ਲੋਕ ਹਾਂ ਜਿਹੜੇ ਜਦੋਂ ਮਿਣਤੀ ਕਰਦੇ ਹਾਂ ਫਿਰ ਸਲੰਗ ਚੱਕ ਲੈਂਦੇ ਹਾਂ, ਡਾਂਗ ਚੱਕ ਲੈਂਦੇ ਵੀ ਚੱਲ ਗੱਜ ਦੀ ਲੱਭ ਲਵੇ ਦੇਣਾ ਹੀ ਹੈ ਜਦੋਂ ਤੈਨੂੰ, ਕੋਈ ਗੱਲ ਨਹੀਂ, ਅਸੀਂ ਉਹ ਲੋਕ ਹਾਂ ਓਡੇ ਦਿਲਾਂ ਦੇ ਨਾਲ ਜਾਇਓ, ਕੁਛ ਨਹੀਂ ਕਹਿੰਦੇ, ਆਪਣੇ ਭਰਾ ਨੇ ਥੋੜੇ ਬਹੁਤ ਰੁੱਸੇ ਹੋਣਗੇ, ਮਨਾ ਲਿਆਵਾਂਗੇ, ਮੇਰੀ ਡਿਊਟੀ ਰਹੋ ਜਿੱਥੇ ਜਾਣਾ, ਪਰ ਮੈਨੂੰ ਤੁਹਾਡੀਆਂ ਸਾਫੇ, ਤੁਹਾਡਾ ਲਿਬਾਸ, ਤੁਹਾਡੀਆਂ ਗੱਲਾਂ, ਤੁਹਾਡੀਆਂ ਦਾੜੀਆਂ ਮੁੱਛਾਂ, ਤੁਹਾਡੇ ਚਿਹਰੇ ਦੇਖ ਕੇ ਖੁਸ਼ੀ ਬਹੁਤ ਹੋਈ ਆ ਵੀ ਦਿੱਲੀ ਵਾਕਈ ਦੂਰ ਨਹੀਂ ਹੈ, ਜਮਾਂ ਹੀ ਨੇੜੇ, ਆਪਾਂ ਲੈ ਲਾਂਗੇ ਕੰਮ, ਕੋਈ ਗੱਲ ਨਹੀਂ, ਕਹਿੰਦੇ 26-27 ਦਿਨ ਨੇ, ਘੰਟੇ ਗਿਣ ਲਓ, ਘੰਟਿਆਂ ਦੇ ਵਿੱਚ ਆਪਾਂ
ਮਿੰਟ ਗਿਣ ਲਓ, ਮਿੰਟਾਂ ਦੇ ਵਿੱਚ ਸਕਿੰਟ ਗਿਣ ਲਓ। ਪੰਜਾਬੀ ਮਾਫ ਕਰਨ ਲੱਗਿਆ, ਅੱਧਾ ਸਕਿੰਟ ਵੀ ਨਹੀਂ ਲਾਉਂਦਾ, ਕੋਈ ਗੱਲ ਨਹੀਂ, ਮਾਫੀ ਮੰਗਣ ਨੂੰ ਮੈਂ ਚੱਕ ਲੈਣਾ ਝੋਲੀ, ਲੈ ਚੱਲੋ ਜਿੱਥੇ ਚੱਲਣਾ, ਕੋਈ ਗੱਲ ਨਹੀਂ ਆਪਾਂ ਮਨਾ ਲਿਆਵਾਂਗੇ। ਜਿਉਂਦੇ ਰਹੋ, ਇਕੱਠ ਰੱਖਿਓ, ਹੋਸ਼ ਰੱਖਿਓ, ਸੋਚ ਰੱਖਿਓ, ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਇਹ ਤੁਹਾਡੀ ਡਿਊਟੀ ਆ, ਮੈਂ ਵੋਟਾਂ ਵਾਸਤੇ ਨਹੀਂ ਕਹਿ ਰਿਹਾ ਕਿ ਵੋਟਾਂ ਐ ਪਾਉਣੀਆਂ ਨੇ ਤੁਸੀਂ ਇਹਦੇ ਨਾਲ ਐ। ਇੱਕ ਲਾਸਟ ਜਿਹੜੀ ਮੇਰੀ ਹਮੇਸ਼ਾ ਦਿਲ ਚ ਗੱਲ ਰਹਿੰਦੀ ਆ, ਮੈਂ ਜਿੱਥੇ, ਕਿਉਂਕਿ ਇਹ ਵੋਟ ਭਾਰਤ ਦੀ ਹੈ, ਇਹ ਗੱਲ ਭਾਰਤ ਦੀ ਹੈ, ਇਹ ਗੱਲ ਦੁਨੀਆਂ ਚ ਜਾਣੀ ਹੈ, ਕਿਸ ਦੀ ਸਰਕਾਰ ਬਣੀ ਤੇ ਕਿਵੇਂ ਸਰਕਾਰ ਬਣੀ। ਸਾਡੇ ਭਾਰਤ ਦੇ ਵਿੱਚ ਦੁਨੀਆਂ ਦਾ ਸਭ ਤੋਂ ਉੱਚਾ ਏਅਰਪੋਰਟ ਥੁਆਇਸ ਦੇ ਵਿੱਚ ਹੈ, ਲਦਾਖ ਦੇ ਕੋਲੇ ਥੁਆਇਸ। ਉੱਥੇ ਚੰਡੀਗੜ੍ਹ ਤੋਂ ਇੱਕ ਸਵੇਰੇ ਜਹਾਜ਼ ਜਾਂਦਾ ਏਅਰਫੋਰਸ ਦਾ, ਜਿੱਥੇ ਆਮ ਲੋਕ ਨਹੀਂ ਜਾ ਸਕਦੇ, ਪਰ ਮੇਰਾ ਇੱਕ ਏਅਰਫੋਰਸ ਦਾ ਸਾਡਾ ਕਜ਼ਨ ਹੈ, ਉਹਦੇ ਕਰਕੇ ਮੈਂ ਉੱਥੇ ਗਿਆ ਸੀ 12 ਕੁ ਸਾਲ ਪਹਿਲਾਂ। 7 ਦਿਨ ਰਿਹਾ ਸੀ ਥੁਆਇਸ ਦੇ ਵਿੱਚ। ਥੁਆਇਸ ਚਾਈਨਾ ਬਾਰਡਰ ਤੇ ਹੈ। ਥੁਆਇਸ ਦੇ ਵਿੱਚ ਸਾਡੇ ਮੁੰਡੇ ਗੱਭਰੂ ਉਤਰਦੇ ਨੇ, ਜਿਹੜੇ ਕਿ ਕਮਾਂਡੋਸ ਨੇ, ਬਹੁਤ ਹਾਰਡ ਟ੍ਰੇਨਿੰਗ ਤੋਂ ਬਾਅਦ ਉਹ ਕਮਾਂਡੋ ਤਿਆਰ ਹੁੰਦਾ, ਤੇ ਉਹ ਉੱਥੋਂ ਬੇਸ ਕੈਂਪ ਤੋਂ 47 ਕਿਲੋ ਵਜਨ ਚੱਕ ਕੇ 3 ਦਿਨ ਬਰਫ਼ ਦੇ ਵਿੱਚ ਚਿੱਟਾ ਸੂਟ ਪਾ ਕੇ ਤੁਰਦਾ, ਪਹੁੰਚਦਾ, 7 ਦਿਨ ਰਹਿੰਦਾ, ਵਾਪਸ ਆ ਜਾਂਦਾ, ਜਿੱਥੇ ਉਹ ਚੋਟੀ ਤੇ ਬੈਠਦਾ ਅੱਜ ਤੋਂ 12 ਸਾਲ ਪਹਿਲਾਂ। ਉੱਥੇ ਸਾਹਮਣੇ ਚਾਈਨਾ ਵਾਲੇ ਟਰੱਕ ਲਈ ਫਿਰਦੇ ਨੇ ਆਪਦੇ। 12 ਸਾਲ ਦੀ ਤਰੱਕੀ ਦੇ ਵਿੱਚ 10 ਸਾਲ ਨਰਿੰਦਰ ਭਾਈ ਮੋਦੀ, ਮੇਰਾ ਸੁਨੇਹਾ ਦੇ ਦਿਓ ਮੈਨੂੰ, ਕਈ ਲੋਕਾਂ ਨੇ, ਤੁਹਾਨੂੰ ਤਾਂ ਘੱਟ ਗੱਡੀਆਂ ਨੇ ਹੰਸ ਭਾਜੀ, ਮੈਨੂੰ ਤਾਂ ਅਰਬਾਂ 'ਚ ਹੀ ਗਾਲਾਂ ਕੱਢੀਆਂ ਨੇ ਇਹਨਾਂ ਨੇ। ਜਦੋਂ ਮੈਂ ਬੀਜੇਪੀ ਜੁਆਇਨ ਕੀਤੀ ਸੀ, ਮੈਂ ਜਦੋਂ ਥੁਆਇਸ ਦੀ ਹੁਣ ਪੋਜੀਸ਼ਨ ਦੇਖੀ ਹੈ, ਚਾਈਨਾ ਦੇ ਉਹੀ ਟਰੱਕ ਤੁਰੇ ਫਿਰਦੇ ਨੇ, ਸਾਡੀਆਂ ਬੋਫਰ ਤੋਪਾਂ ਲੱਗੀਆਂ ਹੋਈਆਂ ਨੇ ਉੱਥੇ। 10 ਸਾਲ 'ਚ ਭਾਰਤ ਦੀ ਤਰੱਕੀ ਹੈ, ਇਹ ਨਰਿੰਦਰ ਭਾਈ ਮੋਦੀ ਦੀ ਤਰੱਕੀ ਹੈ। ਸਿਲਕ ਰੂਟ ਕਲਕੱਤੇ ਤੋਂ ਇਰਾਨ ਤੱਕ, ਜਿਹੜਾ ਜਿਹਨੂੰ ਆਪਾਂ GT ਰੋਡ ਕਹਿ ਦਿੰਦੇ, ਇਹਨੂੰ ਸਿਲਕ ਰੂਟ ਕਹਿੰਦੇ ਸੀ। ਲੁਧਿਆਣੇ ਤੋਂ ਇਹ ਨਕੋਦਰ ਦੇ ਵਿੱਚ ਦੀ ਹੋ ਕੇ ਜਾਂਦਾ। ਹੁਣ ਨਵਾਂ ਸਿਲਕ ਰੂਟ ਬਣ ਰਿਹਾ, ਬੀਜਿੰਗ ਟੂ ਲੰਡਨ, ਪਾਕਿਸਤਾਨ ਦੇ ਵਿੱਚ ਦੀ ਜਾ ਰਿਹਾ, ਲਾਹੌਰ ਤੋਂ ਪਰਲੇ ਪਾਸੇ ਦੀ ਨਿਕਲ ਰਿਹਾ ਸੀਗਾ। ਜਦੋਂ ਜਹਾਜ਼ ਦੇ ਵਿੱਚ ਮੋਦੀ ਸਾਹਿਬ ਕੇਕ ਕੱਟਣ ਉਤਰੇ ਸੀ, ਬੜੇ ਲੋਕਾਂ ਨੇ ਰੌਲਾ ਪਾਇਆ ਸੀ, ਉਹ ਕਿਵੇਂ ਉਤਰ ਗਿਆ ਇਹ ਕੇਕ ਖਵਾਉਣ ਦਾ ਮਤਲਬ ਸੀ। ਹੁਣ ਜਿਹੜਾ ਉਹੀ ਬੀਜਿੰਗ ਲੰਡਨ ਰੂਟ ਹੈ, ਜਿਹਨੂੰ ਸਿਲਕ ਰੂਟ 2 ਦਾ ਨਾਮ ਦਿੱਤਾ ਹੋਇਆ ਦੁਨੀਆਂ 'ਚ, ਉਹ ਸਿਲਕ ਰੂਟ ਵਾਹਗਾ ਬਾਰਡਰ ਦੇ ਨਾਲ ਖਹਿੰਦਾ ਨਿਕਲ ਰਿਹਾ, ਲਾਹੌਰ ਔਰ ਅੰਮ੍ਰਿਤਸਰ ਦੇ ਵਿਚਾਲ ਦੀ ਨਿਕਲ ਰਿਹਾ ਹੋਇਆ। ਹੋਰ 4 ਸਾਲਾਂ ਨੂੰ ਇਹ ਜਿਹੜੀਆਂ ਸੜਕਾਂ ਗਡਕਰੀ ਸਾਹਿਬ ਬਣਾ ਰਹੇ ਨੇ, ਕਿਸੇ ਹੋਸ਼ ਨਾਲ ਬਣਾ ਰਹੇ ਨੇ, ਐਵੇਂ ਨਾ ਰੌਲਾ ਪਾਇਆ ਕਰੋ ਸਾਡਾ 2 ਟੋਟੇ ਕਰਕੇ ਜ਼ਮੀਨ ਦਾ, ਅੱਧੀ ਇੱਧਰ ਰਹੇਗੀ, ਅੱਧੀ ਇੱਧਰ ਰਹੇਗੀ। ਉਸ ਰਾਹੀਂ ਸਾਡੀ ਸਬਜ਼ੀ ਇਰਾਨ 'ਚ ਵਿਕੂਗੀ, ਇਹ ਸਿਰਫ 5 ਸਾਲ ਦੀ ਗੱਲ ਹੈ, ਪਰ ਵਿਕੂਗੀ ਤਾਂ ਜੇ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ, ਅਦਰਵਾਈਜ਼। ਜਿਉਂਦੇ ਰਹੋ, ਤੁਹਾਨੂੰ ਬਹੁਤ ਸਾਰਾ ਸਤਿਕਾਰ।